ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਜਿਹਦਾ ਨਾਮ ਹੈ ਉਹੀ ਜਲਦਾਰ। ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਤੇ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਅੱਜ ਆਪਾਂ ਕਿੰਨਾਂ ਦੇ ਗੱਲਾਂ ਕਰਨ ਜਾ ਰਹੇ ਹਾਂ। ਤੇ ਚਲੋ ਸ਼ੁਰੂ ਕਰਦੇ ਹਾਂ। ਚਲੋ ਪਹਿਲਾਂ ਸ਼ੁਰੂ ਕਰਦੇ ਹਾਂ ਸੈਮ ਨਰੂਲਾ ਨਰੂਲਾ ਜੀ ਦੇ, ਮਿਸਟਰ ਐਂਡ ਮਿਸਿਸ ਸੈਮ ਨਰੂਲਾ। ਇਹਨਾਂ ਦੀ ਵੀਡੀਓ ਆ, ਤੁਸੀਂ ਦੇਖ ਸਕਦੇ ਹੋ। ਪਹਿਲੀ ਵੀਡੀਓ ਤੁਸੀਂ ਚੈੱਕ ਕਰੋ। ਚੀਜ਼ਾਂ ਇਕੱਠੀਆਂ ਹੀ ਸੋਹਣੀਆਂ ਲੱਗਦੀਆਂ ਨੇ, ਜਿੱਦਾਂ ਤੂੰ ਤੇ ਮੈਂ ਦੋਵੇਂ ਇਕੱਠੀਆਂ ਚੰਗੀਆਂ ਲੱਗਦੀਆਂ, ਇਕੱਠੀਆਂ ਦੇ ਆਪ ਹੀ ਚੰਗੀਆਂ ਲੱਗਣੀਆਂ ਕਿ ਨਾਲ ਹੋਏਗੀ ਤੇ ਵਿਊ ਪੈਣਗੇ, ਨਾਲ ਹੋਏਗੀ ਤੇ ਸਬਸਕ੍ਰਾਈਬਰ ਵਧਣਗੇ, ਫੋਲੋਵਰ ਵਧਣਗੇ। ਤੁਸੀਂ ਸਬਸਕ੍ਰਾਈਬਰ ਤੇ ਫੋਲੋਵਰ ਚੈੱਕ ਕਰੋ ਇਹਨਾਂ ਦੇ, 1.4 ਮਿਲੀਅਨ ਇੰਸਟਾਗ੍ਰਾਮ ਤੇ ਸਬਸਕ੍ਰਾਈਬਰ ਆ ਇਹਦੇ। ਤੇ ਬਾਕੀ ਵਿਊ ਵੀ ਤੁਸੀਂ ਚੈੱਕ ਕਰੋ, ਮਿਲੀਅਨ 'ਚ ਵਿਊ ਆਉਂਦੇ ਦੇਖ ਸਕਦੇ ਹੋ। ਤੇ ਉਸ ਤੋਂ ਬਾਅਦ ਦੂਜੇ ਦੇ ਆਉਂਦੇ ਆ ਜਿਹੜੀ ਗੱਲ ਕਰ ਲਈਏ, ਫਿਊਨਾ ਮੈਡਮ ਦੀ, ਫਿਊਨਾ ਸ਼ਰਮਾ। ਅਤੇ ਇਹਨਾਂ ਦੇ ਮੈਨੂੰ ਹਸਬੈਂਡ ਦਾ ਨਾਮ ਤਾਂ ਨਹੀਂ ਪਤਾ, ਜੇ ਕਿਸੇ ਨੂੰ ਪਤਾ। ਅਤੇ ਜੇ ਮੇਰੀ ਵੀਡੀਓ ਮਤਲਬ ਕਿ ਥੋੜ੍ਹੀ ਜਿਹੀ ਚੜ੍ਹਦੀ ਹੈ ਨਾ, ਜਾਂਦੀ ਆ ਵਿਊ ਵਿਆਹ ਪੈਂਦੇ ਆ ਵਾਹਵਾ ਹੀ, ਤਾਂ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆਪਣੇ ਆਪਣੇ ਰਾਏ। ਅਤੇ ਹਾਂਜੀ, ਫਿਊਨਾ ਦੀ ਗੱਲ ਕਰਦੇ ਹਾਂ, ਅਤੇ ਇਹ ਤੁਸੀਂ ਵੀਡੀਓ ਇੱਕ ਚੈੱਕ ਕਰੋ। ਈਸ਼ਾ, ਅਭੀ ਤੱਕ ਖਾਣਾ ਕਿਉਂ ਨਹੀਂ ਬਣਾਇਆ? ਤੁਮੇ ਬੜੀ ਜਲਦੀ ਹੈ ਬਰਤਨ ਧੋਣੇ ਕੀ। ਪਤਾ ਕਿ ਤੂੰ ਘਰ ਦੇ ਕੰਮ ਕਾਰ ਕਰਦਾ ਆ, ਠੀਕ ਆ, ਤੂੰ ਭਾਂਡੇ ਭੁੰਡੇ ਮਾਂਜਦਾ, ਰੋਟੀ ਤੂੰ ਬਣਾਉਂਦਾ, ਦੁਨੀਆਂ ਨੂੰ ਕਿਉਂ ਦੱਸਣ ਦਿਆ ਆ, ਕਿਉਂ ਲੋਕਾਂ ਦੇ ਘਰ ਖਰਾਬ ਕਰਨ ਦਿਆ ਕਿ ਉਹ ਕਿਉਂ ਨਹੀਂ ਬਣਾਉਂਦੇ? ਤੇਰੀ ਇਹ ਵੀਡੀਓ ਕਰਕੇ ਨਾ ਪਤਾ ਨਹੀਂ ਕਿੰਨਿਆਂ ਦੇ ਘਰ ਕਲੇਸ਼ ਪਿਆ ਹੋਣਾ ਕਿ ਤੂੰ ਇਹ ਕੰਮ ਕਰ, ਉਹਦਾ ਬੰਦਾ ਕਰਦਾ ਤੂੰ ਵੀ ਕਰ, ਠੀਕ ਆ। ਉਸ ਤੋਂ ਬਾਅਦ ਤੁਸੀਂ ਇਹ ਛੱਡੋ ਕਿ ਵਿਊ ਸਾਰੇ ਵੀ ਆਏ, ਜਿੰਨੇ ਵੀ ਆਏ, ਫਿਊਨਾ ਮੈਨੂੰ ਤਾਂ ਇੱਕ ਨਾਮ ਤੋਂ ਬੜਾ ਮਤਲਬ ਲਿਆਉਣੇ ਨਹੀਂ ਆਉਂਦਾ, ਫਿਊਨਾ ਮੈਡਮ ਨੂੰ ਆਏ, ਦੇਖ ਸਕਦੇ ਤੁਸੀਂ ਸਾਰੇ। ਅਤੇ ਮਿਲੀਅਨ 'ਚ ਵਿਊ, ਕਿਸੇ ਵੀਡੀਓ ਨੂੰ ਇਹਨੂੰ ਵਿਊ ਨਹੀਂ ਆਏ, ਮਤਲਬ ਇਹਨੇ ਆਪਣੀ ਵੀਡੀਓ ਚਾੜੀ ਨਹੀਂ। ਲੋਕ ਅੱਜ ਕੱਲ੍ਹ ਦੇ ਜਿੰਨੇ ਵੀ ਆ ਕਿ ਸਾਰੇ ਹਿੱਟ ਹੋਣਾ ਚਾਹੁੰਦੇ ਆ, ਇਹਦੇ ਉੱਤੇ ਹਿੱਟ ਕਿੱਦਾਂ ਕਿ ਹਾਂਜੀ ਗਾਂ ਕਰ ਦਿਉ, ਕੁੜੀਆਂ ਕਰ ਦਿਉ, ਆਪਣਾ ਹੀ ਜਾਨ ਲਾ ਦਿਉ ਤੁਸੀਂ, ਆ ਜਿਹੜੀ ਹੁੰਦੀਆਂ ਆਪਣੀਆਂ ਵਾਈਫ ਕਰ ਦਿਉ ਗਾਂ, ਅਤੇ ਬਸ ਆ ਪਿੱਛੇ ਹੋ ਕੇ ਖੜ੍ਹ ਜਾਣਾ ਵਾ ਅਤੇ ਵਿਊ ਆਉਂਦੇ ਰਹਿਣੇ, ਇੱਦਾਂ ਨਹੀਂ ਕਰਨਾ ਚਾਹੀਦਾ। ਚਲੋ ਅੱਗੇ, ਇਸ ਤੋਂ ਬਾਅਦ ਹੋਰ ਇੱਥੋਂ ਨਾ, ਇੱਥੇ ਤੁਹਾਨੂੰ ਮੈਂ ਇੱਕ ਕਲਿੱਪ ਲਾ ਕੇ ਦੱਸਣਾ। ਰੋਮੀ ਰੋਮੀ ਭਾਅ ਜੀ ਨੇ ਇੱਥੇ ਬਹੁਤ ਵਧੀਆ ਇੱਕ ਗੱਲ ਕਹੀ ਆ, ਸੁਣਿਓ ਮੈਂ ਪੂਰੀ ਕਲਿੱਪ। ਇਹੋ ਜਿਹੀ ਚੀਜ਼ ਬੰਦਾ ਜਿਹੜਾ ਅਸਲੀ ਬੰਦਾ ਨਾ, ਉਹਦੇ ਨਹੀਂ ਆਪਣੇ ਵੀ ਮਾਇੰਡ 'ਚ ਆਇਆ ਗੱਲ ਆ ਵੀ ਕੱਲ੍ਹ ਨੂੰ ਜਦੋਂ ਵੀ ਕਦੇ ਆਪਣੀ ਜ਼ਿੰਦਗੀ 'ਚ ਕਈ ਆਪਣਾ ਹਮ ਸਫ਼ਰ ਆਏਗਾ, ਆਪਣਾ ਸਾਥੀ ਆਏਗਾ, ਜ਼ਿੰਦਗੀ 'ਚ ਪਾਰਟਨਰ ਆਏਗਾ, ਉਹਦੀ ਇੱਜ਼ਤ ਕਰਨਾ ਸਾਡਾ ਫਰਜ਼ ਹੈ, ਠੀਕ ਆ, ਉਹਨੂੰ ਆਪਾਂ ਉਹਦੀ ਜਗ੍ਹਾ ਰੱਖਾਂਗੇ, ਪਰ ਦੁਨੀਆਂ 'ਚ ਨਹੀਂ ਇੱਦਾਂ ਕਰਾਂਗੇ ਵੀ ਜਿੱਦਾਂ ਤੁਸੀਂ ਕਰਦੇ ਹੋ ਉਹਦੀਆਂ ਵੀਡੀਓ ਬਣਾ ਬਣਾ ਕੇ ਮਸ਼ਹੂਰੀ ਕਰਦੇ ਹੋ। ਆਪਣੇ 'ਤੇ ਨਹੀਂ ਇਹੋ ਜਿਹੀ ਮਨ 'ਚ ਯਾਰ, ਕਿਹੜਾ ਬੰਦਾ ਯਾਰ ਆਪਣੀ ਜਨਾਨੀ ਬਾਰੇ ਦੁਨੀਆਂ ਨੂੰ ਦੱਸਦਾ ਫਿਰੇ? ਸ਼ੌਂਕ ਪੂਰੇ ਕਰ ਰਿਹਾ ਆਪਣੀ ਜਨਾਨੀ ਨੂੰ ਦਿਖਾ ਦਿਖਾ ਕੇ, ਉਹਦੀ ਕਮਾਈ ਖਾ ਕੇ ਤੇ ਸਮਾਨ ਲਿਆ ਰਹੇ, ਸ਼ੋਪਿੰਗਾਂ ਕਰ ਰਹੇ। ਵਧੀਆ ਗੱਲ ਕਹੀ ਰੋਮੀ ਭਾਅ ਜੀ ਨੇ, ਦੇਖ ਸਕਦੇ ਤੁਸੀਂ ਕਿ ਸਹੀ ਗੱਲ ਆ ਜੋ ਵੀ ਉਹਨਾਂ ਨੇ ਕਿਹਾ ਆ, ਇੱਦਾਂ ਹੀ ਹੋਣ ਦਿਆ ਤੇ ਇੱਦਾਂ ਨਹੀਂ ਹੋਣਾ ਚਾਹੀਦਾ। ਤੇ ਇਸ ਤੋਂ ਬਾਅਦ ਇੱਕ ਹੋਰ ਆ ਗਿਆ ਜੀ, ਮਧੂ ਸੁਧਾਨ, ਸਾਲੇ ਦਾ ਨਾਂ ਹੀ ਕੁੜੀਆਂ ਵਾਲਾ ਦੇ ਕਰੇਗੀ। ਅੱਗੇ ਤੁਸੀਂ ਵੇਖੋ ਜੀ, ਅੱਗੇ ਵੀਡੀਓ ਵੇਖਿਓ ਸਾਰੀਆਂ, ਇਹਨੇ ਇੱਕ ਇੱਥੇ ਵੀਡੀਓ ਹੀ ਚੈੱਕ ਕਰਿਓ। ਇੰਨੀ ਸਖਤ ਗਰਮੀ ਦੇ ਵਿੱਚ ਈਦ 'ਤੇ ਅਗਰ ਕਿਸੇ ਨੇ ਕਾਲਾ ਸੂਟ ਪਾਇਆ ਹੋਵੇ ਤਾਂ ਸਮਝ ਜਾਇਓ ਜਾਨੂ ਦੀ ਫਰਮਾਇਸ਼ ਹੈ। ਕਾਲੇ ਸੂਟ ਵਾਲੀ, ਇਹਦਾ ਵੀ ਭੈਣ ਜਦੋਂ ਕੋਈ ਆਸ਼ਕ ਹੈਗਾ, ਮੈਨੂੰ ਉਹਦੇ ਇਹਦੇ ਆਸ਼ਕ ਦੀ ਮੈਨੂੰ ਕੋਈ ਫੋਟੋ ਸੈਂਡ ਕਰਿਓ। ਧਰਮਣਾ ਇਟਲੀ ਵਾਲੇ ਭਾਜੀ ਭਿਉਂ ਭਿਉਂ ਕੇ ਛਿੱਤਰ ਮਾਰਦੇ, ਮਾਰੇ ਹੋਏ ਟਕੇ ਛਿੱਤਰ ਦੇ। ਹੋਰ ਵੀ ਬਹੁਤ ਸਾਰੀਆਂ ਵੀਡੀਓ ਇਹਨੇ ਬਣਾਈਆਂ ਭੈਣ ਚੋ, ਗੰਦ ਪਾਇਆ ਇਹਨੇ, ਫੋਲੋਵਰ ਚੈੱਕ ਕਰੋ ਉਹਨੂੰ, ਪਤਾ ਨਹੀਂ ਕਿਹੜੇ ਟੁੱਚੇ ਲੁੱਚੇ ਇਹਨਾਂ ਨੂੰ ਫੋਲੋ ਕਰਦੇ ਆ। ਇਹ ਵੇਖੋ ਸਕਰੀਨ ਮੈਂ ਕਰਨਾ, ਜਿੰਨੇ ਵੀ ਕੀਤੇ ਨੇ ਭੈਣ ਚੋ ਸਾਰੇ ਉਹੋ ਜਿਹੇ ਹੀ ਆ, ਸਮਝ ਲੱਗਦੀ ਲੋਕਾਂ ਨੂੰ। ਚਲੋ ਅੱਗੇ ਆ ਜਾਓ, ਹੋਰ ਇੱਕ ਵੀਡੀਓ, ਇੱਕ ਬੰਦਾ ਭੈਣ
मेरी मेहंदी का रंग इस बात का गवाह है कि मेरा महबूब जान देता है मुझ पे। मेहंदियां लाने वाली रह गई हूं तेरियां भैन, जो तो कहता मैं मेरे महबूब मुझे बहुत प्यार करता है कि मेहंदी का रंग गवाह है। तेरी भैन केरा तेरा महबूब मेनू सामने करा हां दी। उस तो बाद एक होर वीडियो दी देखियो माड़ी जी, एक अथिक दी वीडियो रुक जो स्किप ना। तू सालिया ओ भी ओ जहा निकलिया भैन चो जिन्हें तेरा माही पट छड़िया है। समझ नहीं आती यार लोगों की कर दे की फिर भैन चो गंद पाया इन्होंने सालिया ने। लभे सही तू मेनू भैन चो दा तू है कितों ना तू पता नहीं। हाँ जी इतने आप लास्ट देख कहना चाहते हैं कि चलो सू भी किसी ने गलत कहना कि हाँ आप किसी की वीडियो लै कि आप इतना व्यू लैन दें कुछ भी है। चलो व्यू नहीं भी पैन दे कई वीडियो कई पैदा दूजी तीजी मेरी वीडियो इदा नहीं मतलब कि आप कहन का मतलब यो ही अपना कि यार वीडियो बनाओ वधिया बनाओ पर थोड़ी जी समझ तो आनी चाहिए। इतने जाने तो पोज कर करके वीडियो वेखते हैं कि हाँ की चीज़ है बिच समझने वाले समझ देते हैं कि मैं कितों बोलन दिया। तो बाकी सारे समझदार अच्छ कि तुम रोमी भाजी ने बहुत वधिया गल समझाई है कि इदा नहीं करना चाहिए जां इदा करना चाहिए। तो मकसद यो ही है सारे का कि यार चलो वीडियो बनाओ ये नहीं कहते कि ना बनाओ पर चीज़ तो वधिया होए कि पता तो लगे। हुण लोग कहते कि हाँ आप कर देना वह कर देना जिहड़ी गल भाजी सच्ची होंगी ना चुभदी होंगी। चलो अपनी वीडियो च गालां नहीं हैगियां उन्नियां कि इहदे नॉर्मल जिहियां गालां यो ही है कि चैनल कर लो सबसक्राइब तो इदा की वीडियो होर देखने वास्ते जरूर करो चैनल सबसक्राइब तो सपोर्ट की बहुत ज़्यादा लड़ है। पिछली वीडियो के 7 सबसक्राइबर ही तो 1 सबसक्राइबर पाया मैंने उस वीडियो के। तो चलो कोई नहीं हौली हौली तां नूं जावांगे तो चैनल जरूर कर लो सबसक्राइब इदा दी होर वीडियो देखने वास्ते। मिलते एक और नवी वीडियो में।